ਸਿੰਘ ਤੇ ਮੇਰੀ ਲਾਈਫ ਦੀਆਂ ਲਾਈਟਾਂ ਬੁੱਝ ਜਾਂਦੀਆਂ ਕਿਉਂਕਿ ਕੈਂਸਰ ਇਜ਼ ਦ ਬਿਗੇਸਟ ਕਿਲਰ ਇੰਨੀ ਭੈੜੀ ਬਿਮਾਰੀ ਹੈ ਉਹਨੂੰ ਉਹਦਾ ਜੀਣ ਦਾ ਮਕਸਦ ਖਤਮ ਹੋ ਜਾਂਦਾ ਉਹ ਪੈਦਾ ਕਰਿਆ ਕਰੋ ਜਾ ਕੇ ਉਹਨੂੰ ਮਿਲਿਆ ਕਰੋ ਅਸੀਂ ਜਲੰਧਰ ਦੇ ਵਿੱਚ ਇੱਕ ਰਿਸਰਚ ਸੈਂਟਰ ਮਨਜ਼ੂਰ ਕੀਤਾ ਜੀ ਵਾਈ ਮਾਈ ਸਟੇਟ ਸਫਰਿੰਗ ਵਿਦ ਕੈਂਸਰ ਅਗਲੇ ਸਾਲ ਅਸੀਂ ਦਸੰਬਰ 'ਚ ਖੋਲ ਦਿਆਂਗੇ ਕੈਂਸਰ ਰਿਸਰਚ ਸੈਂਟਰ ਐਂਡ ਅਵੇਅਰਨੈਸ ਸੈਂਟਰ ਮੈਂ ਪੰਜ ਛੇ ਚੀਜ਼ਾਂ ਤੁਹਾਨੂੰ ਦੱਸ ਦਿੰਦਾ ਜ਼ਰੂਰ ਖਾਇਆ ਕਰੋ ਬਰੋਕਲੀ ਹਰ ਰੋਜ਼ ਖਾਇਆ ਕਰੋ ਕੱਚੀ ਆਪਦੀ ਸਾਲਡ 'ਚ ਜਿੰਨੀਆਂ ਬੈਰੀਜ਼ ਆ ਕੈਨੇਡਾ 'ਚ ਬਹੁਤ ਬੈਰੀਜ਼ ਹੁੰਦੀਆਂ ਸਟ੍ਰਾਬਰੀ ਬਲਿਊਬੈਰੀ ਇਹ ਵੱਧ ਤੋਂ ਵੱਧ ਖਾਇਆ ਕਰੋ ਠੀਕ ਹੈ ਵੀਟ ਗਰਾਸ ਇਹ ਯੂਜ਼ ਕਰਿਆ ਕਰੋ ਸੁਬਹ ਉੱਠ ਕੇ ਦੋ ਗਲਾਸ ਗਰਮ ਪਾਣੀ ਦੇ ਪੀਆ ਕਰੋ ਜੇ ਪੀ ਸਕਦੇ ਆ ਤਾਂ ਤੁਹਾਡਾ ਪੇਟ ਵਿਦ ਇਨ 15 ਡੇਜ਼ ਘੱਟ ਜਾਏਗਾ ਠੀਕ ਹੈ ਹਰ ਰੋਜ਼ ਸੈਰ ਕਰਿਆ ਕਰੋ ਸਟ੍ਰੈਸ ਇਜ਼ ਦ ਬਿਗੇਸਟ ਕਿਲਰ ਜੇ ਜੇਬ 'ਚ $10 ਹੈ ਨਾ ਪੰਜਾਹਾਂ ਦਾ ਪੰਗਾ ਨਾ ਲਿਆ ਕਰੋ ਪੰਜਾਂ ਦਾ ਹੀ ਲਿਆ ਕਰੋ ਪਲੀਜ਼ ਸਿੰਪਲ ਵੈਡਿੰਗਸ ਇੱਕ ਪਾਸੇ ਸਿੱਖ ਕੌਮ ਕਹਿੰਦੀ ਹੈ ਢੋਲਕੀਆਂ ਘੁੱਟਦੇ ਆ ਉਹ ਕਹਿੰਦੇ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਿਛਤਾਉਂਦਾ ਅਤੇ 90% ਸਿੱਖ ਕੌਮ ਦੇ ਉਂਗਲਾਂ 'ਚ ਮੁੰਦਰੀਆਂ ਧੀਆਂ ਵਾਲਿਆਂ ਦੀਆਂ ਦਿਸ ਇਜ਼ ਅਨਦਰ ਕੈਂਸਰ ਇਜ਼ ਟਰੂ ਐਗਰੀ ਹੈ ਸਾਡਾ ਜਨੇਵਾ 'ਚ ਇੱਕ ਆਫਿਸ ਹੈ ਯੂਨਾਈਟਡ ਨੇਸ਼ਨ ਦੇ ਦੋ ਦਫ਼ਤਰ ਹੈ ਬੰਬਾ ਵਾਲਾ ਨਿਊਯਾਰਕ ਆ ਗਿਆ ਅਮੈਰੀਕਾ ਵਾਲੇ ਲਿਆ ਜਨੇਵਾ ਦੇ ਵਿੱਚ ਹੈਲਥ ਦਾ ਉੱਥੇ ਇੱਕ ਮੇਮ ਮਿਲ ਲਵ ਦੀ ਫਿਰ ਵੀ ਕੁਲਵੰਤ ਸਿੰਘ ਧਾਲੀਵਾਲ ਆ ਰਿਹਾ ਕਿਰਪਾਨ ਪਾਈ ਹੋਊ ਪੱਗ ਬੰਨ੍ਹੀ ਹੋਊ ਦੋ ਦਿਨ ਮੈਂ ਇੱਥੇ ਆਇਆ ਹੀ ਨਾ ਉਹਨੂੰ ਮੇਰੀ ਸ਼ਕਲ ਹੀ ਇਹੋ ਜਿਹੀ ਹੈ ਤੀਜੇ ਦਿਨ ਮੈਨੂੰ ਫੜ ਲਿਆ ਉਹਨੇ ਕਹਿੰਦੀ ਮੈਂ ਤੇਰੇ ਨਾਲ ਹਿਸਾਬ ਕਿਤਾਬ ਕਰਨਾ ਮੈਂ ਕੀ ਕਹਿੰਦੇ ਵੀ ਤੁਸੀਂ ਇੱਕ ਪਾਸੇ ਕਹਿੰਦੇ ਆ ਵੀ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਿਛਤਾਉਂਦਾ ਐਂਡ ਇਨ ਦਾ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਜਿਹਨੂੰ ਤੁਸੀਂ ਜਾਗਦੀ ਜੋਗ ਦੀ ਸਰੂਪ ਮੰਨਦੇ ਆ ਉਹਦੀ ਹਾਜ਼ਰੀ 'ਚ ਧੀਆਂ ਦੇ ਸੌਦੇ ਕਰਦੇ ਆ ਕਰਦੇ ਆ ਨਾ ਕਿੰਨਿਆਂ ਨੇ ਲਾ ਦਾ ਕਿਰਪੇ ਨਾਲ ਵਿਆਹੀ ਹੱਥ ਖੜੇ ਕਰੋ ਫਿਰ ਕੋਈ ਵੀ ਨਹੀਂ ਹੋਣਾ ਦੋਸ਼ ਲੱਗਿਆ ਸਿੱਖ ਕੌਮ ਤੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਧੀਆਂ ਦੇ ਸੌਦੇ ਕਰਦੇ ਆ ਕੈਨੇਡਾ ਆਣ ਕੇ ਨਹੀਂ ਰੱਜੇ ਮੈਂ ਇੰਗਲੈਂਡ 'ਚ ਰਹਿੰਦਾ ਮੇਰੇ ਦੋ ਬੱਚੇ ਆ ਬਿਜ਼ਨਸਮੈਨ ਆ ਮੈਂ ਐਂਡ ਇਸ ਸੰਸਥਾ ਦਾ ਮੈਂ ਗਲੋਬਲ ਅੰਬੈਸਡਰ ਹਾਂ ਜੇ ਮੈਂ ਆਪਦੇ ਬੇਟੇ ਨੂੰ ਜਾ ਕੇ ਪੰਜਾਬ ਵੇਚਾਂ 25-30 ਲੱਖ ਸ਼ਰਮ ਦੀ ਗੱਲ ਹੈ ਮਰ ਜਾਂ ਮੈਂ ਮਰ ਜਾਂ ਕਿ 500 ਰੁਪਏ ਚੱਲਦਾ ਸਾਡਾ ਫਿਰ ਵੀ ਨਹੀਂ ਰਹਿੰਦੇ ਮੈਰਿਜ ਪੈਲਸ ਤੁਸੀਂ ਬਣਾਇਆ ਪੰਜਾਬ 'ਚ 1180 ਯੂ ਰਿਸਪੋਂਸੀਬਲ ਬੜੀਆਂ ਸਿੰਪਲ ਵੈਡਿੰਗ ਹੁੰਦੀਆਂ ਸੀ 40 ਸਾਲ ਪਹਿਲਾਂ ਜਦੋਂ ਮੇਰੀ ਵਿਆਹ ਹੋਇਆ ਸੀ ਬਾਣ ਦੇ ਮੰਜੇ ਦੇ ਪਿੰਡ ਹੋਇਆ ਸੀ 5 ਬੰਦਿਆਂ ਨਾਲ ਯੂ ਰਿਸਪੋਂਸੀਬਲ ਪੁੱਛੋ ਆਪਣੀ ਆਤਮਾ ਨੂੰ ਕਿੰਨਿਆਂ ਨੇ ਇਕਲਾ ਦੇ ਇਹ ਵੀ ਕੈਂਸਰ ਹੈ ਤਾਂ ਡਿਸਕਸ ਕੀਤਾ ਤੁਹਾਡੇ ਨਾਲ ਕਿਸੇ ਦੇ ਬੇਟੀ ਪੈਦਾ ਹੁੰਦੀ ਹੈ ਨਾ ਉਹਦਾ ਮੂੰਹ ਉਦਾਸ ਹੋ ਜਾਂਦਾ ਉਹ ਬਹੁਤ ਦੁਖੀ ਹੋ ਜਾਂਦਾ ਕਿਉਂ ਉਸੇ ਦਿਨ ਤੋਂ ਉਹਦੀ ਧਰੀ ਜਾਂਦੀ ਹੈ ਨਿਓ ਵੀ ਇਹ ਬੇਟੀ ਨੇ ਕਿਹੜੇ ਕਿਹੜੇ ਦੁੱਖਾਂ ਵਿੱਚ ਦੀ ਲੰਘਣਾ ਲੰਡਨ ਇੱਕ ਦਿਨ ਮੀਟਿੰਗ ਸੀ ਕੈਂਸਰ ਦੀ ਅਤੇ ਕਿਸੇ ਦੇ ਨਾ ਬੇਟੀ ਪੈਦਾ ਹੋ ਗਈ ਅਤੇ ਦੋ ਓਲਡ ਏਜ ਲੇਡੀਜ਼ ਬੈਠੀਆਂ ਹਸਪਤਾਲ ਦੇ ਬਾਹਰ ਅਤੇ ਮੈਂ ਦੇਖੀ ਨਾ ਕੈਂਸਰ ਦੀ ਮੀਟਿੰਗ ਸੀ ਮੈਂ ਜਲਦੀ ਨਿਕਲ ਗਿਆ ਅਤੇ ਮੈਂ ਹੈਲੋ ਕਹਿ ਗਿਆ ਮੈਨੂੰ ਕੈਂਸਰ ਵਾਲਾ ਕੁਲਵੰਤ ਸਿੰਘ ਹੀ ਕਹਿੰਦੇ ਆ ਜਦੋਂ ਮੈਂ ਵਾਪਸ ਆਇਆ ਉਹ ਕੱਲਾਂ ਕਰ ਰਹੀਆਂ ਸਾਡੇ ਇੱਕ ਹੋਰ ਪੱਥਰ ਆ ਗਿਆ ਉਹ ਇੱਕ ਬੇਟੀ ਹੋਰ ਪੈਦਾ ਹੋ ਗਈ ਔਰਤ ਔਰਤ ਨੂੰ ਕਹਿ ਰਹੀ ਹੈ ਅਤੇ ਮੈਨੂੰ ਮਿੱਥੋਂ ਰੁਕਿਆ ਨਾ ਗਿਆ ਕਿਉਂਕਿ ਕਮਲੇ ਰਾਓ ਕਹਿੰਦਾ ਮੈਂ ਕਿਹਾ ਤੂੰ ਵੱਡਾ ਪੱਥਰ ਹੈ ਪਲੀਜ਼ ਧੀ ਰੁਲਦੀ ਮਰ ਜਾਂਦੀ ਹੈ ਫਿਰ 18 ਸਾਲ ਮੁੰਡਿਆਂ ਦੀਆਂ ਵਿਸਲਾਂ ਸਹਿੰਦੀ ਹੈ ਜਦੋਂ ਕਾਲਜ ਜਾਂਦੀ ਹੈ ਓਕੇ ਫਿਰ ਵਿਆਹ ਹੁੰਦਾ ਕੋਈ ਮੂੰਹ ਮੰਨੇ ਵਾਲਾ ਆ ਜਾਂਦਾ ਕਹਿੰਦਾ 25 ਲੱਖ ਲੈਣਾ ਠੀਕ ਹੈ ਫਿਰ ਸੱਸ ਮੁੰਡਾ ਲੱਭਦੀ ਉਹ ਤੋਂ ਫਿਰ ਮਰ ਜਾਂਦੀ ਹੈ ਕੰਮ ਕਰਦੀ ਕਰਦੀ ਔਰ ਦੀ ਏਜ 56 ਈਅਰ ਹੈ ਪੰਜਾਬ 'ਚ ਐਵਰੇਜ ਏਜ ਅਤੇ ਫਿਰ ਉਹਦੀ ਡੈੱਡ ਬਾਡੀ ਖੱਫਣ ਨੂੰ ਵੇਟ ਕਰਦੀ ਹੈ ਕਿ ਮੇਰੇ ਪੇਕਿਆਂ ਤੋਂ ਆਵੇ ਜਿੱਥੇ ਉਹਨੇ ਕੰਮ ਕੀਤਾ ਉੱਥੋਂ 5 ਮੀਟਰ ਕੱਪੜਾ ਵੀ ਨਹੀਂ ਪਾ ਸਕਦੇ ਉਹਦੇ ਤੁਸੀਂ ਗਲ 'ਤੇ ਵਾਹ ਗੁਰੂ ਗ੍ਰੰਥ ਸਾਹਿਬ ਦੇ ਵਾਰਸੋ ਉਹਦੀ ਡੈੱਡ ਬਾਡੀ ਖੱਫਣ ਦੀ ਵੇਟ ਕਰਦੀ ਹੈ ਕਿ ਮੇਰੇ ਪੇਕਿਆਂ ਤੋਂ ਆਵੇ ਜਿਹੜੇ ਘਰ 'ਚ ਉਹਨੇ ਬੱਚੇ ਪੈਦਾ ਕੀਤੇ ਅਤੇ ਇੱਕ ਸ਼ਰਾਬੀ ਹਸਬੈਂਡ ਤੋਂ ਸ਼ਾਇਦ ਕੁੱਟ ਵੀ ਖਾਧੀ ਹੋਵੇ ਆਹ ਤੁਹਾਡੀ ਹਾਲਤ ਹੈ ਸਿੱਖ ਕੌਮ ਦੀ ਬਹੁਤ ਧੰਨਵਾਦ ਕੋਈ ਗੱਲ ਚੁੱਭ ਗਈ ਹੋਵੇ ਮਾਫ਼ੀ ਵੀ ਚਾਹੁੰਦਾ ਕਿਸੇ ਨੇ ਵੀ ਸਾਡੀ ਕੈਂਸਰ ਦੀ ਟੀਮ ਨੂੰ ਆਪਣੇ ਪਿੰਡ 'ਚ ਲੈਣਾ ਹੋਵੇ ਐਂਡ ਟਾਕ ਟੂ ਕੁਲਦੀਪ ਸਿੰਘ ਮੈਂ ਹਜੇ 1 ਵੀਕ ਲਈ ਇੱਥੇ ਹਾਂ 4 ਨਵੰਬਰ ਨੂੰ ਇੱਥੇ ਨਾ ਧਾਲੀਵਾਲ ਬੈਂਕਟ ਹਾਲ ਹੈ ਦੇ ਵਿੱਚ ਸਰੀ ਦੇ ਵਿੱਚ ਹੀ ਉੱਥੇ ਸਾਡਾ ਕੈਂਸਰ ਸੈਮੀਨਾਰ ਆ ਪਲੀਜ਼ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਜ਼ਰੂਰ ਆਇਓ ਐਂਡ ਥੈਂਕ ਯੂ ਵੈਰੀ ਮੱਚ ਐਂਡ ਇੱਕੋ ਹੀ ਬੇਨਤੀ ਹੈ ਅਖੀਰ 'ਤੇ ਚੇਂਜ ਦਾ ਡਾਇਰੈਕਸ਼ਨ ਆਫ ਯੋਰ ਡੋਨੇਸ਼ਨ ਥੈਂਕ ਯੂ